ਤੁਸੀਂ ਇੱਕ ਵਾਰੀ ਤਸਵੀਰ ਨੂੰ ਧਿਆਨ ਨਾਲ ਦੇਖੋ। ਇਹ ਤਸਵੀਰ ਕੰਗਣਾ ਰਣੌਤ ਦੀ ਅਪਕਮਿੰਗ ਫਿਲਮ ਦੇ ਰੀਸੈਂਟਲੀ ਰਿਲੀਜ਼ ਹੋਏ ਟ੍ਰੇਲਰ ਦੇ ਵਿੱਚੋਂ ਲਈ ਗਈ ਹੈ, ਜਿਸ ਵਿੱਚ ਤੁਸੀਂ ਸਾਫ਼ ਸਾਫ਼ ਦੇਖ ਸਕਦੇ ਹੋ ਕਿ ਇੱਕ ਇਨਸਾਨ ਜਿਹੜਾ ਹੈ, ਕੋਈ ਵਿਅਕਤੀ ਜਿਹੜਾ ਹੈ, ਉਹ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਦਾ ਹੂਬਹੂ ਰੂਪ ਲੈ ਕੇ ਮਾਈਕ ਦੇ ਅੱਗੇ ਖੜ੍ਹਾ ਨਜ਼ਰ ਆ ਰਿਹਾ ਹੈ। ਉਸਦੇ ਹੱਥ ਦੇ ਵਿੱਚ ਤੀਰ ਹੈ ਅਤੇ ਪਿੱਛੇ ਗੁਰੂ ਗ੍ਰੰਥ ਸਾਹਿਬ ਜੀ ਵਿਰਾਜਮਾਨ ਨੇ। ਜੀ ਹਾਂ, ਉਹਨਾਂ ਦੇ ਵਿੱਚ ਉਸ ਤਸਵੀਰ ਦੇ ਵਿੱਚ ਸਾਫ਼ ਸਾਫ਼ ਨਜ਼ਰ ਆ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਹਜ਼ੂਰੀ ਦੇ ਵਿੱਚ ਸਿੰਘ ਬੈਠੇ ਨੇ ਅਤੇ ਕੋਈ ਵਾਰਤਾਲਾਪ ਹੋ ਰਹੀ ਹੈ। ਸਭ ਤੋਂ ਪਹਿਲਾ ਸਵਾਲ ਤਾਂ ਇਹੀ ਉੱਠ ਕੇ ਆਉਂਦਾ ਹੈ ਕਿ ਕੀ ਕੋਈ ਬੰਦਾ, ਕੋਈ ਇਨਸਾਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਰੋਲ ਕਰ ਸਕਦਾ। ਉੱਤੋਂ ਦੀ ਉਹਨੂੰ ਨਕਲੀ ਸਿੱਖ ਬਣਾਇਆ ਗਿਆ ਹੈ, ਉਹ ਸਾਫ ਸੂਰਤ ਸਰਦਾਰ ਵੀ ਨਹੀਂ ਹੈ, ਕਟਿੰਗ ਵਾਲਾ ਇੱਕ ਇਨਸਾਨ ਬੰਦਾ ਹੈ ਜਿਸ ਨੂੰ ਨਕਲੀ ਦਸਤਾਰ ਪਹਿਨਾਈ ਗਈ ਹੈ, ਨਕਲੀ ਉਹਦੇ ਦਾੜੀ ਮੁੱਛਾਂ ਲਗਾਈ ਗਏ ਨੇ, ਅਤੇ ਇੱਕ ਇੱਦਾਂ ਦਾ ਇਨਸਾਨ ਕਿਸ ਤਰ੍ਹਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਰੋਲ ਕਰ ਸਕਦਾ। ਉਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਗੁਰੂ ਦੀ ਹਜ਼ੂਰੀ ਦਿਖਾਈ ਗਈ ਹੈ। ਰੀਸੈਂਟਲੀ ਸਾਡੀ SGPC ਨੇ ਇੱਕ ਜਿਹੜਾ ਹੈ ਫਰਮਾਨ ਜਾਰੀ ਕੀਤਾ ਹੈ ਕਿ ਕੋਈ ਵੀ ਫਿਲਮ ਹੋਵੇ, ਨਾਟਕ ਹੋਵੇ ਜਾਂ ਕਿਤੇ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਡੁਪਲੀਕੇਟ ਤਰੀਕੇ ਨਾਲ ਦਿਖਾਇਆ ਨਹੀਂ ਜਾ ਸਕਦਾ, ਫਿਲਮ ਦੇ ਵਿੱਚ ਫਰਮਾਇਆ ਨਹੀਂ ਜਾ ਸਕਦਾ। ਅਤੇ ਕੀ ਇਹ SGPC ਦੇ ਰੂਲਸ ਦੀ ਉਲੰਘਣਾ ਨਹੀਂ ਹੈ? ਇਸ ਫਿਲਮ ਦੇ ਵਿੱਚ ਸਾਫ਼ ਸਾਫ਼ ਜਿਹੜੀ ਹੈ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਜੋ ਬੰਦਾ ਕਰੈਕਟਰ ਕਰ ਰਿਹਾ ਉਹਦੇ ਮੂੰਹੋਂ ਗੱਲ ਹੁੰਦੀ ਨਜ਼ਰ ਆਉਂਦੀ ਹੈ ਕਿ ਉਹਨਾਂ ਨੂੰ ਸਿਰਫ਼ ਅਤੇ ਸਿਰਫ ਖਾਲਿਸਤਾਨ ਚਾਹੀਦਾ ਹੈ ਅਤੇ ਤੁਹਾਨੂੰ ਵੋਟਾਂ। ਸੋ ਕਿਤੇ ਨਾ ਕਿਤੇ ਖਾਲਿਸਤਾਨੀਆਂ ਨੂੰ ਜਾਂ ਫਿਰ ਕਹਿ ਲਈਏ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਇਹ ਦਰਸਾਇਆ ਜਾ ਰਿਹਾ ਹੈ ਕਿ ਉਹ ਅੱਤਵਾਦੀ ਸੀ। ਅਕਸਰ ਉਹ ਫਿਲਮਾਂ 'ਤੇ ਬੈਨ ਲੱਗ ਜਾਂਦਾ ਹੈ ਜਿਸਦੇ ਵਿੱਚ ਖਾਲਿਸਤਾਨ ਦੇ ਆਲੇ ਦੁਆਲੇ ਦੀ ਵੀ ਕੋਈ ਗੱਲ ਹੋਵੇ ਜਾਂ ਉਸ ਵਿੱਚ ਖਾਲਿਸਤਾਨ ਵਰਡ ਦਾ ਯੂਜ਼ ਹੋਇਆ ਹੋਵੇ ਜਾਂ ਫਿਰ ਖਾਲਿਸਤਾਨ ਨਾਲ ਮਿਲਦੀ ਜੁਲਦੀ ਜਿਸ ਚੀਜ਼ ਦਾ ਜ਼ਿਕਰ ਆ ਜਾਂਦਾ ਤਾਂ ਅਕਸਰ ਉਸ ਫਿਲਮ ਨੂੰ ਰੋਕ ਦਿੱਤਾ ਜਾਂਦਾ ਹੈ। ਪਰ ਇਸ ਫਿਲਮ ਦੇ ਵਿੱਚ ਸਾਫ਼ ਸਾਫ਼ ਜ਼ਿਕਰ ਹੋ ਰਿਹਾ ਹੈ ਖਾਲਿਸਤਾਨ ਦਾ, ਅਤੇ ਇਸ ਤੋਂ ਇਲਾਵਾ ਇੰਦਰਾ ਗਾਂਧੀ ਦਾ ਰੋਲ ਕਰਦੀ ਨਜ਼ਰ ਆ ਰਹੀ ਹੈ ਇਸ ਵਿੱਚ ਕੰਗਣਾ ਰਣੌਤ। ਖੈਰ, ਅਸੀਂ ਉਸ ਵਿਸ਼ੇ ਦੇ ਉੱਤੇ ਨਹੀਂ ਜਾਵਾਂਗੇ ਕਿ ਉਹ ਸਹੀ ਕਰ ਰਿਹਾ ਜਾਂ ਨਹੀਂ, ਕਿਉਂਕਿ ਉਹ ਸਾਡਾ ਮਸਲਾ ਹੀ ਨਹੀਂ ਹੈ। ਸਾਡਾ ਮਸਲਾ ਹੈ ਸਾਡੀ ਕੌਮ ਦਾ ਮਸਲਾ ਹੈ ਅਤੇ ਕੀ ਸਾਡੀ SGPC ਨੂੰ ਇਸ ਫਿਲਮ ਦੇ ਉੱਤੇ ਰੋਕ ਨਹੀਂ ਲਾਉਣੀ ਚਾਹੀਦੀ। ਅਤੇ ਜੇਕਰ ਇਸ ਫਿਲਮ ਦੇ ਵਿੱਚ ਕੁਝ ਵੀ ਗਲਤ ਨਹੀਂ ਹੈ ਤਾਂ ਜਸਵੰਤ ਸਿੰਘ ਖਾਲੜਾ ਜੀ ਦੇ ਉੱਤੇ ਬਣੀ ਫਿਲਮ ਜਿਹੜੀ ਕਿ ਦਲਜੀਤ ਦੋਸਾਂਝ ਦੇ ਦੁਆਰਾ ਬਣਾਈ ਗਈ ਹੈ, ਉਸ ਵਿੱਚ ਲੀਡ ਐਕਟਰ ਜਿਹੜਾ ਕਰੈਕਟਰ ਜਿਹੜਾ ਪਲੇ ਕਰ ਰਹੇ ਨੇ ਦਲਜੀਤ ਦੋਸਾਂਝ, ਉਸਨੂੰ ਕਿਉਂ ਨਹੀਂ ਹਜੇ ਤੱਕ ਰਿਲੀਜ਼ ਹੋਣ ਦਿੱਤਾ ਜਾ ਰਿਹਾ? ਉਸ ਦੇ ਵਿੱਚ ਇੰਨੇ ਕੱਟ ਕਿਉਂ, ਉਸ ਦੇ ਉੱਤੇ ਇੰਨੀ ਜ਼ਿਆਦਾ ਰੋਕ ਕਿਉਂ ਲਾਈ ਜਾਂਦੀ ਹੈ, ਜਦਕਿ ਇੱਦਾਂ ਦੀ ਫਿਲਮ ਜਿਹੜੀ ਸਾਡੇ ਸਾਰੇ ਸਿੱਖ ਭਾਈਚਾਰੇ ਦੇ ਜਿਹੜੇ ਸੈਂਟੀਮੈਂਟਸ ਨੇ ਉਹਨਾਂ ਨਾਲ ਖੇਡਣ ਦੀ ਕੋਸ਼ਿਸ਼ ਕਰਦੀ ਹੈ, ਉਹਨੂੰ ਸ਼ਰੇਆਮ ਮਨਜ਼ੂਰੀ ਮਿਲ ਜਾਂਦੀ ਹੈ? ਕੀ ਇਹ ਪੱਖਪਾਤ ਨਹੀਂ ਹੈ? ਤੋ ਇਹ ਜਿਹੜੀ ਹੈ ਸਿੱਧੀ ਸਿੱਧੀ ਲੋਕਾਂ ਦੇ ਧਾਰਮਿਕ ਭਾਵਨਾਵਾਂ ਨਾਲ ਖੇਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਅਤੇ ਇੱਦਾਂ ਦੀਆਂ ਚੀਜ਼ਾਂ ਦੇ ਉੱਤੇ ਖਾਸ ਕਰਕੇ ਰੋਕ ਲੱਗਣੀ ਚਾਹੀਦੀ ਹੈ ਅਤੇ ਇਹਨਾਂ ਦੇ ਖਿਲਾਫ਼ ਐਕਸ਼ਨ ਹੋਣਾ ਚਾਹੀਦਾ ਹੈ ਤਾਂ ਕਿ ਅੱਗੇ ਵਾਸਤੇ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਰੋਕੀਆਂ ਜਾ ਸਕਣ। ਬਾਕੀ ਤੁਹਾਡੇ ਇਹਦੇ ਬਾਰੇ ਕੀ ਵਿਚਾਰ ਨੇ? ਤੁਸੀਂ ਇਸ ਦੇ ਪੱਖ ਦੇ ਵਿੱਚੋਂ ਤੁਸੀਂ ਕੀ ਸੋਚਦੇ, ਕੀ ਇਹ ਫਿਲਮ ਰਿਲੀਜ਼ ਹੋਣੀ ਚਾਹੀਦੀ ਹੈ ਜਾਂ ਨਹੀਂ, ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ। ਆਪਾਂ ਤੁਹਾਨੂੰ ਮਿਲਾਂਗੇ ਇੱਕ ਹੋਰ ਨਵੀਂ ਫਿਲਮ ਦੇ ਨਾਲ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਉਹ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।